हथा चो रोटी का खोवण ममता वाले बूहे मासिया चाचिया जद टोवण ओ जद प्यार दी था मत रहिया गाला वाउंदिया ने हाँ फिर रब तो पहला मावा चिते आउंदिया ने फिर रब तो पहला मावा चिते आउंदिया ने। आजकल कुड़ियां हर खेतर विच अपनी जगह बना रही हैं जो कि बहुत मान दी गल है। निक्की उम्र विच ही संगीत जगत नूं अपनी आवाज़ देकर अपने माँ प्यो का नाम रोशन कर रही तरन तारण दी मन्नत शर्मा। तुसी भी जान के हैरान होवोगे कि 9वीं क्लास दी है कुड़ी दूरदर्शन दे नाल नाल होर चैनल ते भी सब दा मन जित रही है। जेकर तुहानू भी यह गाना पसंद आया ते तुसी इस वीडियो नूं ज़्यादा तो ज़्यादा शेयर करो ते तुसी भी सुनो सुरीली आवाज़ विच कुछ गीत। सारे सत श्री अकाल जी, मैं हाँ जगजीत सिंह डल। अज पहुँचे हाँ तरन तारण दे विच, जिथों की कि एक संगीत जगत दे विच बुलंदियां नूं छूंदी हुई आवाज़ मन्नत शर्मा, उन्हां नाल असीं गलबात करांगे। तो असीं ये भी देखा कि मन्नत ने काफ़ी जिहड़ियां मल्लां मार चुकी आ अपने जिहड़े संगीत दे विच, ते वख-वख स्कूलां कालजां दे विच, ते दूरदर्शन दे उत्ते भी वो जिहड़ी आ पार्टिसिपेट कर चुके आ। असीं उन्हां नाल गलबात कर लांगे। हाँ जी, सत श्री अकाल जी। सत श्री अकाल। की नाम जी? मन्नत शर्मा। ते कित्थों दे तुसीं रहण वाले हो? तरनतारण। ते इह जिहड़ा गायकी दा सफर आ, इह किन्ना किन्नी देर हो गई है? 4-5 साल हो गए ने। उम्र तुहाडी किन्नी है? 14। 14 साल। ਤੇ ਕਿਹੜੇ ਸਕੂਲ ਜਾਂ ਕਾਲਜ ਦੇ ਵਿੱਚ ਤੁਸੀਂ ਇਸ ਟਾਈਮ ਪੜ੍ਹਾਈ ਕਰਦੇ ਹੋ? ਮੈਂ ਐਸ ਐਸ ਰਾਮਗੜੀਆ ਪਬਲਿਕ ਸਕੂਲ ਵਿੱਚ ਸਟੱਡੀ ਕਰ ਰਹੀ ਹਾਂ। ਤੇ ਕਿਸ ਤਰ੍ਹਾਂ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਜਿਹੜਾ ਗਾਇਕੀ ਦੇ ਵੱਲ ਤੁਸੀਂ ਆਪਣਾ ਜਿਹੜਾ ਪੈਰ ਧਰਿਆ? ਇਹ ਮੇਰੇ ਪਹਿਲਾਂ ਪੇਰੈਂਟਸ ਨੂੰ ਹੈਗਾ ਸੀਗਾ ਸ਼ੌਂਕ, ਉਹਨਾਂ ਤੋਂ ਹੀ ਮੈਨੂੰ ਆਇਆ ਬਾਅਦ ਵਿੱਚ। ਅੱਜ ਤੱਕ ਕਿੰਨੇ ਕੁ ਜਿਹੜੇ ਗੀਤ ਤੁਸੀਂ ਗਾ ਚੁੱਕੇ ਹੋ? ਬਹੁਤ ਸਾਰੇ ਗਾ ਚੁੱਕੇ ਹੋਏ ਆ, ਗਿਣਨ ਨੂੰ ਤਾਂ ਕਿੰਨੇ ਹੀ ਹੋ ਜਾਂਦੇ ਨੇ। ਆਵਾਜ਼ ਤੁਹਾਡੀ ਜਿਹੜੀ ਬਹੁਤ ਵਧੀਆ, ਪਰ ਅਜੇ ਮੈਨੂੰ ਲੱਗਦਾ ਨਹੀਂ ਕਿ ਕਦੀ ਤੁਸੀਂ ਮੀਡੀਆ ਦੇ ਵਿੱਚ ਆਏ ਹੋ। ਨਹੀਂ, ਹਜੇ ਨਹੀਂ ਫਿਲਹਾਲ ਆਏ। ਤੇ ਹੁਣ ਅੱਜ ਤੁਸੀਂ ਇੱਕ ਟੀਵੀ ਚੈਨਲ ਨਾਲ ਗੱਲ ਕਰ ਰਹੇ ਹੋ, ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਫੀਲ ਹੋ ਰਿਹਾ ਨੇ, ਕਿਉਂਕਿ ਤੁਹਾਡੀ ਜਿਹੜੀ ਆ ਮੀਡੀਆ ਦੇ ਰਾਹੀਂ ਆਵਾਜ਼ ਉਹਨਾਂ ਲੋਕਾਂ ਤੱਕ ਪਹੁੰਚੇਗੀ ਜਿਨ੍ਹਾਂ ਨੂੰ ਤੁਹਾਡਾ ਨਹੀਂ ਸੀ ਪਤਾ। ਹਾਂਜੀ। ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਜਿਹੜਾ ਕੀ ਕਹਿਣਾ ਚਾਹੋਗੇ? ਮੈਂ ਸਭ ਨੂੰ ਮੀਡੀਆ ਵਾਲਿਆਂ ਨੂੰ ਇਹ ਕਹਿਣਾ ਚਾਹੁੰਦੀ ਕਿ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕੀਤੀ ਜਾਵੇ ਅਤੇ ਮੇਰੇ ਹੁਨਰ ਨੂੰ ਅੱਗੇ ਲਿਆਇਆ ਜਾਵੇ। ਅਤੇ ਕਿੰਨੇ ਕੁ ਜਿਹੜੇ ਆ ਮਾਣ ਸਨਮਾਨ ਵੀ ਜਿਹੜੇ ਤੁਹਾਨੂੰ ਸਕੂਲ ਕਾਲਜ ਵੱਲੋਂ ਕਿੰਨੇ ਕੁ ਤੁਸੀਂ ਜਿਹੜੇ ਤੁਹਾਨੂੰ ਮਿਲ ਚੁੱਕੇ? ਬਹੁਤ ਮੈਂ ਕਿਸਮੇ ਕਿਤਨਾ ਇਕਦਮ ਰਿਐਲਿਟੀ ਸ਼ੋਅ ਵਿੱਚ ਗਈ ਸੀ, ਉੱਥੋਂ ਮਿਲਿਆ ਸੀਗਾ। ਅਤੇ ਕਿਹੜੇ ਜਿਹੜੇ ਵੱਡੇ ਤੁਸੀਂ ਚੈਨਲਾਂ 'ਤੇ ਵੀ ਪਾਰਟੀਸਪੇਟ ਕਰ ਚੁੱਕੇ ਉਹਨਾਂ ਦਾ ਨਾਮ ਹੀ ਸਾਡੇ ਦਰਸ਼ਕਾਂ ਨੂੰ ਦੱਸੋ। ਡੀਡੀ ਪੰਜਾਬੀ ਚੈਨਲ 'ਤੇ ਫਸਟ ਟਾਈਮ ਕੀਤਾ ਸੀਗਾ। ਅਤੇ ਉਸ ਟਾਈਮ ਜਿਹੜਾ ਉਹ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਫਿਰ? ਬਹੁਤ ਵਧੀਆ ਫੀਲ ਹੋ ਰਿਹਾ ਸੀਗਾ ਆਪਣੇ ਆਪ ਨੂੰ ਖੁਦ ਟੀ ਵੀ 'ਤੇ ਦੇਖ ਕੇ। ਅਤੇ ਮੰਮੀ ਪਾਪਾ ਦਾ ਸਹਿਯੋਗ ਜਿਹੜਾ ਉਹ ਕਿਸ ਤਰ੍ਹਾਂ ਦਾ? ਉਹ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਮੈਨੂੰ, ਹੱਥ ਨਾਲ ਵੱਧ ਕਰਦੇ ਨੇ। ਘਰ ਦੇ ਵਿੱਚ ਤੁਸੀਂ ਜਿਹੜਾ ਸੰਗੀਤ ਦੀ ਸਿੱਖਿਆ ਲੈਂਦੇ ਹੋ ਕਿ ਜਾਂ ਸਕੂਲ ਦੇ ਵਿੱਚ ਹੀ? ਨਹੀਂ ਨਹੀਂ, ਮੈਂ ਪ੍ਰਾਈਵੇਟ ਲੈਂਦੀ ਹੈਗੀ, ਅੰਮ੍ਰਿਤਸਰ ਤੋਂ ਲੈਂਦੀ ਹਾਂ। ਅਤੇ ਘਰ ਆ ਕੇ ਮਮਾਣਾ ਕੰਮ ਧੰਦਾ ਵੀ ਕਰਾਉਂਦੇ ਕਿ ਜਾਂ ਸੰਗੀਤ ਨਾਲ ਹੀ ਸਾਰਾ ਦਿਨ ਜੁੜੇ ਰਹਿੰਦੇ? ਨਹੀਂ, ਸਾਰਾ ਕੁਛ ਕਰੀਦਾ, ਘਰ ਦੇ ਕੰਮ ਵੀ ਕਰੀਦੇ ਨੇ, ਸਵੇਰ ਵੀ ਰਿਆਜ਼ ਕਰੀਦਾ ਆ, ਸਾਰੀ ਦਿਹਾੜੀ ਇਹਦੇ 'ਤੇ ਲੱਗੀ ਰਹੀਦਾ ਆ। ਅਤੇ ਹੋਰ ਇਸ ਤੋਂ ਇਲਾਵਾ ਕੋਈ ਸ਼ੌਂਕ ਤੁਹਾਡਾ? ਮੈਂ ਸਟੱਡੀ ਐਂਡ ਮਿਊਜ਼ਿਕ ਬਸ। ਅਤੇ ਸਟੱਡੀ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦਾ ਤੁਹਾਡਾ ਪ੍ਰਭਾਵ ਆ? ਸਟੱਡੀ ਵੀ ਬਹੁਤ ਵਧੀਆ, ਹਰ ਵਾਰੀ ਫਸਟ ਰਨ ਅਪ, ਫਸਟ ਸੈਕਿੰਡ ਥਰਡ ਇੱਦਾਂ ਹੀ ਚੱਲਦਾ ਹੈ। ਅਤੇ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਬੱਚਿਆਂ ਨੂੰ?
जिस तरह के अजक कुड़ियां जो थोड़ा जा पिछे रख रहे हैं तो उन्होंने बारे की कहना चाहिए। फिर मैं तो मेरे पेरेंट्स बहुत ज़्यादा सपोर्ट कर रहे हैं। मैं यह कहना चाहती कि बाकी गर्ल्स के पेरेंट्स भी उन्होंने ओनी सपोर्ट कर जिन्हें मैं मिल रही है। बहुत बहुत धन्यवाद। साढ़े नाल सी मन जी उन्होंने असी गलबात की, सानू भी वधिया लग्या ते असी अपने दर्शकों नू भी जिहड़ा यही सुनेहा देने कि इन्हां नू वध तो वध जिहड़ी आ सपोर्ट की जाए। तो किस तरह का जिहड़ा महसूस हुंदा जदों ये अपने जिहड़े आ गीत गा के ते दर्शकों तक जां लोकां तक पहुँचाउंदी है? बड़ा माण महसूस हुंदा, फखर नाल सीना जोड़ा हो जांदा कि साडी बेटी दा भी नाम ਇਹਦੀ ਵਜ੍ਹਾ ਕਰਕੇ ਸਾਨੂੰ ਵੀ ਕੋਈ ਜਾਣਨ ਦਾ। ਕਿੰਨੀ ਦੇਰ ਹੋ ਗਈ ਇਹਨਾਂ ਨੂੰ? ਚਾਰ ਪੰਜ ਸਾਲ ਹੋ ਗਏ। ਇਹਨਾਂ ਦੀ ਕੋਈ ਕੈਸਟ ਜਾਂ ਕੋਈ ਇਸ ਤਰ੍ਹਾਂ ਦਾ ਕੋਈ? ਨਹੀਂ, ਕੈਸਟ ਤਾਂ ਨਹੀਂ ਕੋਈ ਹੈ। ਇਹਨਾਂ ਨੇ ਪਾਰਟੀਸਪੈਂਟ ਕੀਤਾ ਸੀ KKHD ਦੂਰਦਰਸ਼ਨ ਦੇ ਹੁੰਦੇ, ਉਹ 'ਚ ਇਹਨੇ ਸੈਮੀਫਾਈਨਲ ਮਤਲਬ ਸੈਕਿੰਡ ਰਨਰ ਅਪ ਰਹੀ ਸੀ। ਰਿਐਲਿਟੀ ਸ਼ੋਅ ਆ KKHD ਕਿਸਮੇ ਕਿਤਨਾ ਹੈ ਦਮ। ਇਹ ਕਿਹੜੇ ਚੈਨਲ 'ਤੇ ਚੱਲਦਾ ਸੀ? DD1 'ਤੇ। DD1 ਤੇ ਉੱਥੇ ਫਿਰ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਮਿਲਿਆ ਇਹਨਾਂ ਨੂੰ? ਬਹੁਤ ਵਧੀਆ, ਇਸ ਸੈਕਿੰਡ ਰਨਰ ਅਪ ਆਈ ਸੀ, ਪਹਿਲੀ ਵਾਰੀ ਪਰਫੋਰਮੈਂਸ। ਬੇਟੀ ਬਾਰੇ ਇਹੋ ਹੀ ਕਹਿਣਾ ਚਾਹੁੰਦੀ ਹੈ ਕਿ ਚਲੋ ਇਹ ਹਰ ਜਗ੍ਹਾ ਪਾਰਟੀਸਪੇਟ ਕਰੇ ਔਰ ਸਾਡਾ ਨਾਮ ਰੋਸ਼ਨ ਕਰੇ। ਸ਼ੁਰੂ ਤੋਂ ਹੀ ਇਹੋ ਹੀ ਖਵਾਹਿਸ਼ ਸੀ ਕਿ ਇਸ ਲਾਈਨ ਦੇ ਵਿੱਚ ਆਏ ਔਰ ਕਲਾਕਾਰ ਬਣੇ। ਜਿਸ ਤਰ੍ਹਾਂ ਬਹੁਤੇ ਲੋਕਾਂ ਦਾ ਨਹੀਂ ਹੁੰਦਾ ਵੀ ਜਿਹੜੀਆਂ ਬੇਟੀਆਂ ਇਸ ਲਾਈਨ ਨੂੰ ਚੁਣਨ, ਅਤੇ ਤੁਹਾਨੂੰ ਕਿੱਦਾਂ ਜਿਹੜਾ ਇਹ ਲੱਗਦਾ? ਨਹੀਂ, ਇਹ ਅੱਜ ਕੱਲ੍ਹ ਤਾਂ ਭਾਜੀ ਬਿਲਕੁਲ ਗਲਤ ਗੱਲ ਹੈ ਕਿ ਬੇਟੀਆਂ ਨੂੰ ਪਿੱਛੇ ਰੱਖਣਾ। ਅਗਰ ਪੇਰੈਂਟਸ ਹੀ ਸਪੋਰਟ ਨਹੀਂ ਕਰਨਗੇ ਤਾਂ ਬੇਟੀਆਂ ਅੱਗੇ ਕਿਸ ਤਰ੍ਹਾਂ ਜਾਣਗੀਆਂ? ਇਸ ਕਰਕੇ ਅਸੀਂ ਪੇਰੈਂਟਸ ਫੁੱਲ ਸਪੋਰਟ ਕਰਦੇ ਹਾਂ ਕਿ ਇਹ ਅੱਗੇ ਵਧੇ। ਇਹ ਕਿੰਨਵੀਂ ਕਲਾਸ ਦੀ ਜਿਹੜੀ ਆ ਵਿਦਿਆਰਥਣ ਬੇਟੀ? ਇਹ 9ਵੀਂ ਕਲਾਸ 'ਚ। ਅੱਛਾ, ਅਤੇ ਕਿੰਨੇ ਕੁ ਜਿਹੜੇ ਅੱਗੇ ਗੀਤ ਗਾ ਚੁੱਕੇ ਜਾਂ ਮਾਣ ਸਨਮਾਨ ਇਹਨਾਂ ਦਾ ਆ? ਹਾਂਜੀ, ਆਪਣਾ ਲੋਕਲ ਹੈ, ਲੋਕਲ ਪ੍ਰੋਗਰਾਮ ਦੇ ਵਿੱਚ ਜਾਂਦੀ ਹੈ, ਸਕੂਲ ਵੱਲੋਂ ਜਾਂਦੀ ਹੈ ਜਾਂ ਪ੍ਰਾਈਵੇਟ ਟੀਚਰਸ ਵੱਲੋਂ ਲੈ ਕੇ ਜਾਂਦੇ ਨੇ, ਅਤੇ ਬਹੁਤ ਜ਼ਿਆਦਾ ਸਰਟੀਫਿਕੇਟ ਵਗੈਰਾ ਮੈਡਲਸ ਬਹੁਤ ਜ਼ਿਆਦਾ ਇਹਨੇ ਹਾਸਿਲ ਕੀਤੇ। ਤਰਨ ਤਾਰਨ ਤੋਂ ਜਗਜੀਤ ਸਿੰਘ ਦਲ ਦੀ ਰਿਪੋਰਟ, ਦ ਪਬਲਿਕ ਟਾਈਮਸ।